ਦੋਸਤੋ, ਮੈਂ ਅੱਜ ਮੌਜੂਦ ਹਾਂ ਜੀ ਨਕੋਦਰ, ਜ਼ਿਲ੍ਹਾ ਜਲੰਧਰ, ਅਤੇ ਅੱਜ ਤੁਹਾਨੂੰ ਸੈਰ ਕਰਵਾਵਾਂਗੇ ਨਕੋਦਰ ਤੋਂ ਨੂਰ ਮਹਿਲ ਤੱਕ। ਪੁਰਾਣਾ ਜੀ ਟੀ ਰੋਡ, ਪੁਰਾਣਾ ਸ਼ਾਹਰਾ ਜਿਹੜਾ ਕਿ ਮੁਗਲ ਕਾਲ ਵੇਲੇ ਵਰਤਿਆ ਜਾਂਦਾ ਸੀ, ਸ਼ੇਰ ਸ਼ਾਹ ਸੂਰੀ ਮਾਰਗ। ਇਸ ਪੁਰਾਣੇ ਸ਼ਾਹਰਾ ਉੱਤੇ ਪਿੰਡ ਆਉਂਦੇ ਹਨ, ਬੀਰ ਪਿੰਡ, ਗਿੱਦੜ ਪਿੰਡੀ, ਨਵਾਂ ਪਿੰਡ, ਉੱਪਲ ਖਾਲਸਾ ਅਤੇ ਇਤਿਹਾਸਿਕ ਕਸਬਾ ਨੂਰ ਮਹਿਲ, ਜਿੱਥੇ ਕਿ ਸਥਿਤ ਹੈ ਇਤਿਹਾਸਿਕ ਇੱਕ ਸਰਾਂ, ਮੁਗਲ ਕਾਲ ਵੇਲੇ ਦੀ ਸਰਾਂ ਨੂਰ ਮਹਿਲ ਦੀ ਸਰਾਂ। ਅਤੇ ਨੂਰ ਮਹਿਲ ਦੀ ਸਰਾਂ ਤੱਕ ਅੱਜ ਤੁਹਾਨੂੰ ਲੈ ਕੇ ਚੱਲਾਂਗੇ, ਜਿਸ ਰਸਤੇ ਅਸੀਂ ਜਾ ਰਹੇ, ਤੁਹਾਨੂੰ ਸਫ਼ਰ ਕਰਵਾ ਰਹੇ ਹਾਂ। ਇਹ ਪੁਰਾਣਾ ਜੀ ਟੀ ਰੋਡ ਹੈ, ਦਿੱਲੀ ਤੋਂ ਲਾਹੌਰ, ਯਾਨੀ ਕਿ ਮੁਗਲ ਕਾਲ ਵੇਲੇ ਦਾ ਸ਼ਾਹਰਾਹ ਦਿੱਲੀ ਤੋਂ ਲਾਹੌਰ। ਅਤੇ ਇਸ ਸ਼ਾਹਰਾਹ ਉੱਤੇ ਕੋਸ ਮੀਨਾਰ ਮੁਗਲ ਕਾਲ ਵੇਲੇ ਹੋਂਦ ਵਿੱਚ ਆਏ, ਉਹ ਹੁੰਦੇ ਸਨ ਰਾਹ ਦਸੇਰੇ ਇਸ ਜੰਗਲੀ ਰਸਤੇ ਦੇ, ਲਗਭਗ 20 ਫੁੱਟ ਉੱਚੇ, ਜਿਹੜੇ ਕਿ ਦੂਰੋਂ ਨਜ਼ਰ ਆ ਜਾਂਦੇ ਹੁੰਦੇ ਸਨ। ਇਹ ਕੋਸ ਮੀਨਾਰ ਅੱਜ ਵੀ ਇਸ ਸੜਕ 'ਤੇ ਕਿਤੇ ਕਿਤੇ ਨਜ਼ਰ ਪੈ ਜਾਂਦੇ ਹਨ। ਅਕਬਰ ਵੇਲੇ ਇਹ ਕੋਸ ਜਿਹੜਾ ਹੈ ਉਹ 5000 ਗਜ਼ ਦਾ ਹੁੰਦਾ ਸੀ, ਬਾਅਦ ਵਿੱਚ ਇਹਦੇ ਵਿੱਚ ਸਮੇਂ ਸਮੇਂ ਤਬਦੀਲੀ ਹੁੰਦੀ ਗਈ ਅਤੇ ਆਖਰ 'ਚ ਇਹ ਕੋਹ 3000 ਮੀਟਰ ਯਾਨੀ ਕਿ 3 ਕਿਲੋਮੀਟਰ ਦਾ ਰਹਿ ਗਿਆ ਔਰ ਮੀਲ 1.99। ਅਤੇ ਆਓ ਕਰਵਾਈਏ ਤੁਹਾਨੂੰ ਇਸ ਇਤਿਹਾਸਿਕ ਸ਼ਾਹਰਾਹ ਦੀ ਸੈਰ, ਯਾਨੀ ਕਿ ਓਲਡ ਟਰੰਕ ਰੋਡ, ਜੀ ਟੀ ਰੋਡ, ਜਿੱਥੇ ਅਸੀਂ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ, ਜਿੱਥੇ ਤੁਹਾਨੂੰ ਸਫ਼ਰ ਕਰਵਾ ਰਹੇ ਹਾਂ। ਅਤੇ ਆਓ ਚੱਲਦੇ ਹਾਂ। ਅਤੇ ਇਹ ਰੇਲਵੇ ਫਾਟਕ, ਇਹ ਰੇਲਵੇ ਲਾਈਨ ਜਿਹੜੀ ਹੈ ਜਲੰਧਰ ਤੋਂ ਮੱਖੂ, ਫਿਰੋਜ਼ਪੁਰ ਵਾਇਆ ਸ਼ਾਹਕੋਟ ਔਰ ਲੋਹੀਆਂ ਖਾਸ ਜਾਂਦੀ ਹੈ। ਅਤੇ ਆਸੇ ਪਾਸੇ ਹਰੇ ਭਰੇ ਦਰਖਤ, ਅਤੇ ਇਹ ਇਲਾਕਾ ਬੜਾ ਫਰਟਾਇਲ ਹੈ, ਬੜਾ ਉਪਜਾਊ ਹੈ। ਅਤੇ ਆਓ ਫਿਰ ਕਰਦੇ ਹਾਂ ਸਫ਼ਰ।
ਅਸੀਂ ਪਹੁੰਚ ਗਏ ਹਾਂ ਜੀ ਹੈਰੀਟੇਜ ਬਿਲਡਿੰਗ ਨੂਰ ਮਹਿਲ ਦੀ ਸਰਾਂ। ਇੱਕ ਹੋਰ ਲੱਗਾ ਨਜ਼ਰ ਆ ਰਿਹਾ ਹੈ, ਪ੍ਰੇਸ਼ ਦੁਆਰ, ਯਾਨੀ ਕਿ ਇਹ ਮੁੱਖ ਗੇਟ ਹੈ, ਮੁੱਖ ਦਰਵਾਜ਼ਾ ਹੈ ਸਰਾਂ ਵਾਸਤੇ। ਬਹੁਤ ਹੀ ਖੂਬਸੂਰਤ ਇਹ ਦਰਵਾਜ਼ਾ, ਅਤੇ ਦਰਵਾਜ਼ਾ ਅਤੇ ਇਹ ਸਾਰੀ ਬਿਲਡਿੰਗ ਲਾਲ ਪੱਥਰ ਦੀ ਬਣੀ ਹੋਈ ਹੈ, ਜਿਹੜਾ ਕਿ ਲਾਲ ਕਿਲ੍ਹੇ ਵਿੱਚ ਵਰਤਿਆ ਗਿਆ ਸੀ ਉਹੋ ਹੀ ਪੱਥਰ। ਇਹ ਦੇਖੋ ਜੀ ਪ੍ਰੇਸ਼ ਦੁਆਰ, ਇਹ ਕੁਛ ਮੁੱਖ ਗੇਟ 'ਤੇ ਲਿਖਿਆ ਨਜ਼ਰ ਆ ਰਿਹਾ ਹੈ, ਸ਼ਾਇਦ ਫਾਰਸੀ ਵਿੱਚ ਹੈ। ਨੂਰ ਮਹਿਲ ਦੀ ਸਰਾਂ ਇਤਿਹਾਸਕ ਬਿਲਡਿੰਗ ਬਣਵਾਈ ਗਈ ਸੀ ਨੂਰ ਜਹਾਂ ਵੱਲੋਂ। ਨੂਰ ਜਹਾਂ ਵੱਲੋਂ ਉਸ ਸਮੇਂ ਦੇ ਜਲੰਧਰ ਦੇ ਗਵਰਨਰ ਜ਼ਕਰੀਆ ਖਾਨ ਰਾਹੀਂ ਇਹ ਬਿਲਡਿੰਗ ਤਿਆਰ ਕਰਵਾਈ ਗਈ ਸੀ। ਉਹ ਬਹੁਤ ਹੀ ਖੂਬਸੂਰਤ ਹੈ, ਆਓ ਤੁਹਾਨੂੰ ਅੰਦਰੋਂ ਵਿਖਾਉਂਦੇ ਹਾਂ। ਗਰਮੀ ਕਾਫ਼ੀ ਹੈ, ਕਾਫ਼ੀ ਧੁੱਪ ਹੈ, ਤਿੱਖੀ ਧੁੱਪ ਹੈ। ਇਹ ਦੇਖੋ ਜੀ ਵਿਸ਼ਾਲ ਅੰਦਰ ਇਸਦਾ, ਇਹ ਸਾਹਮਣੇ ਗੋਲ ਗੁੰਬਦ ਮਸੀਤ ਤਿਆਰ ਕਰਵਾਈ ਗਈ ਸੀ ਉਸ ਸਮੇਂ ਜ਼ਕਰੀਆ ਖਾਨ ਵੱਲੋਂ, ਅਤੇ ਇਹ ਵੱਖ ਵੱਖ ਸਰਾਂ ਦੇ ਕਮਰੇ, ਔਰ ਇਹ ਕੁਛ ਲਿਖਿਆ ਗਿਆ ਹੈ ਪਖਾਨੇ ਹਾਂ, ਟੋਇਲਟ ਇੱਧਰ ਹੈ, ਟੋਇਲਟ ਬਲੋਕ ਹੈ ਸੱਜੇ ਹੱਥ, ਫਿਰ ਬੱਚਿਆਂ ਵਾਸਤੇ ਬਲੋਕ ਬਣੇ ਹੋਏ ਹਨ। ਆਪਣੇ ਆਪ ਇੱਕ ਕਾਰਗਰੀ ਦਾ ਨਮੂਨਾ, ਇਹਦਾ ਲਿਖਿਆ ਹੋਇਆ ਇਤਿਹਾਸ ਨਜ਼ਰ ਆ ਰਿਹਾ ਹੈ, ਸਰਾਂ ਨੂਰ ਮਹਿਲ। ਲਿਖੇ ਹੋਏ ਇਤਿਹਾਸ ਅਨੁਸਾਰ ਨੂਰ ਮਹਿਲ ਦੀ ਸਰਾਂ 1618 ਔਰ 1621 ਦੇ ਵਿਚਕਾਰ ਬਣਵਾਈ ਗਈ ਸੀ। ਅੰਗਰੇਜ਼ੀ ਔਰ ਹਿੰਦੀ ਵਿੱਚ ਲਿਖਿਆ ਹੋਇਆ ਇਸਦਾ ਇਤਿਹਾਸ। ਅਤੇ ਕਾਫ਼ੀ ਤਿੱਖੀ ਧੁੱਪ ਅਤੇ ਗਰਮੀ ਹੈ, ਔਰ ਇਸਦੇ ਅੰਦਰੋਂ ਤੁਹਾਨੂੰ ਪੂਰੇ ਇਸ ਸਰਾਂ ਦੇ ਵੱਧ ਵੀ ਦਰਸ਼ਨ ਕਰਵਾਵਾਂਗੇ। ਅੱਜ ਬਸ ਇੰਨਾ ਹੀ, ਧੰਨਵਾਦ ਜੀ।